ਜਲਦੀ ਹੁਣ ਸਰਕਾਰ ਟੋਲ ਵਸੂਲੀ ਵਾਸਤੇ ਇੱਕ ਨਵਾਂ ਸਿਸਟਮ ਲੈ ਕੇ ਆਉਣ ਵਾਲੀ ਹੈ, ਜਿਹਦੀ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕੀ ਹੈ। ਜੀ ਹਾਂ, ਲੋਕਾਂ ਦੀ ਹੁਣ ਖੱਜਲ ਖਵਾਰੀ ਘੱਟ ਹੋਣ ਵਾਲੀ ਹੈ ਨਵੇਂ ਸਿਸਟਮ ਦੇ ਤਹਿਤ, ਯਾਨੀ ਕਿ GPS ਦੇ ਤਹਿਤ ਹੁਣ ਸੈਟੇਲਾਈਟ ਦੇ ਥਰੂ ਟੋਲ ਕੱਟ ਜਿਹੜਾ ਹੋਏਗਾ, ਜਿਹਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਕੀ ਚੀਜ਼ਾਂ ਨੇ ਇਹ ਬਹੁਤ ਅਹਿਮ ਹੈ ਜਾਣਨਾ। ਜਿੰਨੇ ਵੀ ਜਿਹੜੇ ਟੋਲ ਪਲਾਜ਼ਾ ਹੈ ਹੁਣ ਉਹਦੇ ਵਿੱਚ GPS ਦੇ ਸਹਾਰੇ ਸੈਟੇਲਾਈਟ ਦੇ ਥਰੂ ਟੋਲ ਟੈਕਸ ਲਿੱਤਾ ਜਾਏਗਾ। ਔਰ ਇਹਦੇ ਵਿੱਚ ਇਹ ਵੀ ਜਿਹੜੀ ਨੋਟੀਫਿਕੇਸ਼ਨ ਗੱਲ ਕੀਤੀ ਗਈ ਹੈ ਕਿ 20 ਕਿਲੋਮੀਟਰ ਤੱਕ ਜਿੰਨੀ ਵੀ ਦੂਰੀ ਹੋਏਗੀ ਉਹਦੇ ਵਿੱਚ, ਜਿੱਦਾਂ ਹੀ 20 ਕਿਲੋਮੀਟਰ ਪੂਰਾ ਹੋਏਗਾ ਟੋਲ ਆਟੋਮੈਟਿਕ ਜਿਹੜਾ ਹੈਗਾ ਉਹ ਕੱਟ ਦਿੱਤਾ ਜਾਏਗਾ। ਹਾਲਾਂਕਿ ਨੋਟੀਫਿਕੇਸ਼ਨ ਮੁਤਾਬਿਕ ਜਿੰਨੀ ਵੀ ਗੱਡੀਆਂ ਹੈ, ਹਾਲਾਂਕਿ ਸਭ ਤੋਂ ਪਹਿਲਾਂ GPS ਇੰਸਟਾਲ ਕੀਤਾ ਜਾਏਗਾ ਜਿਹੜੀ ਗੱਡੀਆਂ ਨੇ, ਇਹਦੇ ਫਾਇਦੇ ਬਹੁਤ ਨੇ। ਇੱਕ ਤਾਂ ਟਰੈਕਿੰਗ ਸਿਸਟਮ ਜਿਹੜਾ ਹੈਗਾ ਉਹ ਮਜ਼ਬੂਤ ਹੋਏਗਾ, ਕਿਉਂਕਿ ਗੱਡੀ 'ਚ ਜੇਕਰ GPS ਸਿਸਟਮ ਲੱਗਿਆ ਤਾਂ ਕਿੱਥੇ ਗੱਡੀ ਜਾ ਰਹੀ ਹੈ, ਕਿਸ ਰੋਡ 'ਤੇ ਹੈ, ਇਹ ਸਾਰੀ ਚੀਜ਼ਾਂ ਦਾ ਪਤਾ ਲੱਗੇਗਾ। ਦੂਜਾ ਤੁਹਾਨੂੰ ਦੱਸ ਦਈਏ ਕਿ ਹਜੇ ਫਿਲਹਾਲ ਜਿਹੜਾ ਟੋਲ ਪਲਾਜ਼ਾ 'ਤੇ ਜਿਹੜਾ ਵੀ ਰੁਕਦੇ ਹੈ ਉਹਦਾ ਝੰਝਟ ਜਿਹੜਾ ਖਤਮ ਹੋਏਗਾ, ਲਾਈਨਾਂ 'ਚ ਜਿਹੜਾ ਉਹਦਾ ਝੰਝਟ ਖਤਮ ਹੋਏਗਾ, ਕਿਉਂਕਿ ਸਾਰਾ ਹੁਣ ਸੈਟੇਲਾਈਟ ਦੇ ਜ਼ਰੀਏ ਇਹ ਟੋਲ ਟੈਕਸ ਦੀ ਵਸੂਲੀ ਕੀਤੀ ਜਾਏਗੀ ਜਿਹੜੀ ਨੋਟੀਫਿਕੇਸ਼ਨ 'ਚ ਗੱਲ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਕਾਫੀ ਚੀਜ਼ਾਂ ਦੇ ਵਿੱਚ, ਕਿਉਂਕਿ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਦੇ ਜ਼ਰੀਏ ਟੋਲ ਪਲਾਜ਼ਾ ਦੀ ਸ਼ੁਰੂਆਤ ਕੀਤੀ ਜਾਏਗੀ ਔਰ ਜਲਦੀ ਇਹਦੀ ਸ਼ੁਰੂਆਤ ਹੋਣ ਵਾਲੀ ਹੈ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਸਰਕਾਰ ਵੱਲੋਂ 4 ਹਾਈਵੇ 'ਤੇ ਟ੍ਰਾਇਲ ਵੀ ਕੀਤਾ ਜਾ ਚੁੱਕਾ ਹੈ। ਤੁਹਾਨੂੰ ਦੱਸ ਦਈਏ ਕਿ ਟ੍ਰਾਇਲ ਤੋਂ ਬਾਅਦ ਹੁਣ ਸਰਕਾਰ ਵੱਲੋਂ ਇਹ ਫੈਸਲਾ ਲਿੱਤਾ ਗਿਆ ਕਿ ਜਿਹਦੇ ਵੀ ਹਾਈਵੇ ਨੇ ਔਰ ਜਿਹੜੇ ਹਾਈਵੇ 'ਤੇ ਜਿਹੜੇ ਵੱਡੇ NHAI ਨੇ ਉੱਥੇ ਇਹ ਜਿਹੜਾ ਸੈਟੇਲਾਈਟ ਦੇ ਥਰੂ ਟੋਲ ਜਿਹੜਾ ਹੈ ਉਹ ਕੱਟ ਕੀਤਾ ਜਾਏਗਾ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹ ਸਿਸਟਮ ਕਿਸ ਤਰ੍ਹਾਂ ਕੰਮ ਕਰੂਗਾ ਇਹ ਬਹੁਤ ਜਾਣਨਾ ਜ਼ਰੂਰੀ ਹੈ। ਤੁਹਾਨੂੰ ਦੱਸ ਦਈਏ ਕਿ ਜਿਹੜਾ ਨੋਟੀਫਿਕੇਸ਼ਨ ਜਿਹੜੀ ਗਈ ਹੈ ਉਹਦੇ ਵਿੱਚ GPS ਤਾਂ ਇੰਸਟਾਲ ਹੋਏਗਾ ਔਰ ਇੱਕ ਸਪੈਸ਼ਲ ਲੇਨ ਉਹ ਵੀ ਤਿਆਰ ਕੀਤੀ ਜਾਏਗੀ। ਜੇਕਰ ਕੋਈ ਦੂਜਾ ਵਾਹਨ ਇਸ ਲੈਨ 'ਤੇ ਆਉਂਦਾ ਹੈ ਤਾਂ ਉਹਦਾ ਦੁੱਗਣਾ ਟੋਲ ਵਸੂਲ ਕੀਤਾ ਜਾਏਗਾ, ਕਿਉਂਕਿ ਜਿਹੜੀ ਇਹ ਸੈਟੇਲਾਈਟ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਅਲੱਗ ਤੋਂ ਜਿਹੜਾ ਲੇਨ ਹੈ ਉਹ ਤਿਆਰ ਕੀਤੀ ਜਾਏਗੀ। ਹਾਲਾਂਕਿ ਇਹਦੇ ਵਿੱਚ ਇੱਕ ਦਿਨ ਦੇ ਵਿੱਚ ਦੋਨੋਂ ਤਰਫ ਤੋਂ 20 ਕਿਲੋਮੀਟਰ ਦੀ ਜਿਹੜੀ ਛੂਟ ਹੈ ਉਹ ਵੀ ਦੇ ਦਿੱਤੀ ਜਾਣ ਦੀ ਗੱਲ ਕੀਤੀ ਗਈ ਹੈ। ਹਾਲਾਂਕਿ ਹੁਣ ਅਸੀਂ ਗੱਲ ਕਰ ਲਈਏ ਨੋਟੀਫਿਕੇਸ਼ਨ ਦੇ ਵਿੱਚ ਹੋਰ ਵੀ ਕਿਸ ਤਰ੍ਹਾਂ ਦੀ ਚੀਜ਼ਾਂ ਨੇ, ਕਿਉਂਕਿ ਇਹਦੇ ਵਿੱਚ GPS ਹਰ ਗੱਡੀ 'ਚ ਇੰਸਟਾਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਔਰ GPS ਦੇ ਥਰੂ ਹੀ ਉਸ ਸੈਟੇਲਾਈਟ ਨੂੰ ਕਵਰ ਕੀਤਾ ਜਾਏਗਾ, ਯਾਨੀ ਕਿ GPS ਜਿਸ ਗੱਡੀ 'ਤੇ ਹੋਵੇਗਾ ਉਹਦੇ ਵਿੱਚ ਸੈਟੇਲਾਈਟ ਦੇ ਥਰੂ ਇਹ ਟੋਲ ਆਟੋਮੈਟਿਕ ਉਹ ਕੱਟ ਹੋ ਜਾਏਗਾ। ਯਾਨੀ ਕਿ ਹੁਣ ਖੱਜਲ ਖਵਾਰੀ ਜਾਂ ਰੁਕਣ ਦੀ ਜਿਹੜੀ ਹੈ ਚੀਜ਼ਾਂ, ਜਿਸ ਤਰ੍ਹਾਂ ਹੁਣ ਟੋਲ ਕੱਟਦਾ ਹੈ ਤੁਸੀਂ ਗੱਡੀ ਰੋਕਦੇ ਹੋ ਬੂਮ ਜਿਹੜਾ ਹੈਗਾ ਉਹ ਉੱਪਰ ਉੱਠਦਾ ਹੈ, ਇਹਦੇ ਵਿੱਚ ਵੀ ਟਾਈਮ ਜਿਹੜਾ ਹੈਗਾ ਖਰਚ ਹੁੰਦਾ, ਲੇਕਿਨ ਆਉਣ ਵਾਲੇ ਸਮੇਂ 'ਚ ਹੁਣ ਤੁਸੀਂ ਆਉਣ ਵਾਲੇ ਸਮੇਂ 'ਚ ਜਿਹੜੇ ਨਵੇਂ ਨੋਟੀਫਿਕੇਸ਼ਨ ਜਾਰੀ ਹੋਈ ਹੈ ਜਾਂ ਨਵੀਂ ਚੀਜ਼ਾਂ ਹੁਣ ਆ ਰਹੀ ਹੈ ਕਿ ਇਸ ਤਰ੍ਹਾਂ ਦੀ ਖੱਜਲ ਖਵਾਰੀ ਹੈ, ਤੁਹਾਨੂੰ ਕਿਸੇ ਵੀ ਕੋਈ ਗੱਡੀ ਜਾ ਰਹੀ ਹੈ ਉਸਨੂੰ ਰੁਕਣ ਦੀ ਹੁਣ ਲੋੜ ਨਹੀਂ ਹੈ, ਯਾਨੀ ਕਿ ਹੁਣ ਸੈਟੇਲਾਈਟ ਦੇ ਥਰੂ ਇਹ ਸਾਰਾ ਸਿਸਟਮ ਹੋਏਗਾ ਔਰ ਸੈਟੇਲਾਈਟ ਦੇ ਥਰੂ ਹੀ ਟੋਲ ਜਿਹੜਾ ਹੈ ਉਹ ਆਟੋਮੈਟਿਕਲੀ ਕੱਟ ਹੋਏਗਾ, ਜਿਹਦੀ ਟ੍ਰਾਇਲ ਜਿਹੜੀ ਹੈ ਉਹ ਵੀ ਪੂਰੀ ਹੋ ਚੁੱਕੀ ਹੈ, ਸਫਲ ਟ੍ਰਾਇਲ ਦੱਸਿਆ ਜਾ ਰਿਹਾ ਸਰਕਾਰ ਵੱਲੋਂ, ਪਰਿਵਹਨ ਮੰਤਰਾਲੇ ਵੱਲੋਂ ਇਹ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਇਹਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਜਿਹੜਾ ਆਉਣ ਵਾਲੇ ਸਮੇਂ 'ਚ ਕਾਫੀ ਚੀਜ਼ਾਂ ਦੇ ਇਹਦੇ ਵਿੱਚ ਸੁਧਾਰ ਜਿਹੜਾ ਹੈ ਉਹ ਹੋਏਗਾ। ਹਾਲਾਂਕਿ ਕਈ ਚੀਜ਼ਾਂ ਇਹਦੇ ਵਿੱਚ ਹੋਰ ਵੀ ਐਡ ਕੀਤੀ ਗਈ ਹੈ ਜਿਸ ਨੂੰ ਜਲਦੀ ਇੰਪਲੀਮੈਂਟੇਸ਼ਨ ਕੀਤਾ ਜਾਏਗਾ। ਹਾਲਾਂਕਿ ਹੁਣ ਤੱਕ ਜੇ ਅਸੀਂ ਗੱਲ ਕਰ ਲਈਏ ਜਿੰਨੇ ਵੀ ਟੋਲ ਪਲਾਜ਼ਾ ਨੇ ਪੰਜਾਬ ਦੀ ਅਸੀਂ ਗੱਲ ਕਰ ਲਈਏ, ਸਾਰੇ ਵੱਖ ਵੱਖ ਜਿਹੜੇ ਟੋਲ ਪਲਾਜ਼ਾ ਨੇ ਉੱਥੇ ਇੱਥੇ ਗੱਡੀ ਰੁਕਦੀ ਹੈ, ਫਿਰ ਸਾਰਾ ਜਿਹੜਾ ਟੋਲ ਜਿਹੜਾ ਫਾਸਟੈਗ ਹੈ ਉਹਦੇ ਥਰੂ ਟੋਲ ਕੱਟਦਾ ਹੈ, ਉਸ ਤੋਂ ਬਾਅਦ ਜੇਕਰ ਕੋਈ ਜਿਹਦੇ ਕੋਲ ਨਹੀਂ ਹੁੰਦਾ ਉਹਦੀ ਪਰਚੀ ਕੱਟਦੀ ਹੈ। ਹੁਣ ਇਹ ਸਾਰੀ ਚੀਜ਼ਾਂ ਜਿਹੜੀਆਂ ਉਹ ਖਤਮ ਹੋਣਗੀਆਂ, ਯਾਨੀ ਕਿ ਜਿਹੜਾ ਵੀ ਸੈਟੇਲਾਈਟ ਸਿਸਟਮ ਹੈ
ਉਹਦੇ ਵਿੱਚ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜਾ ਸੈਟੇਲਾਈਟ ਸਿਸਟਮ ਦੇ ਥਰੂ ਟੋਲ ਕੱਟ ਹੋਏਗਾ, ਯਾਨੀ ਕਿ ਹੋਰ ਵੀ ਆਸਾਨੀ, ਯਾਨੀ ਕਿ ਲੋਕਾਂ ਦੀ ਖੱਜਲ ਖੁਆਰੀ ਜਾਂ ਲੋਕਾਂ ਦੀ ਜਿਹੜੀ ਚੀਜ਼ਾਂ ਨੇ ਉਹਦੇ ਵਿੱਚ, ਕਿਉਂਕਿ ਇਹਦੇ ਹੁਣ ਤੱਕ ਦੀ ਜਿਹੜੀ ਨੋਟੀਫਿਕੇਸ਼ਨ ਕੀਤੀ ਗਈ ਹੈ ਜਾਂ ਤਿਆਰੀਆਂ ਕੀਤੀ ਜਾ ਰਹੀ ਹੈ, ਜਿਹੜਾ ਸਟਾਰਟਿੰਗ 'ਚ ਜਿਹੜਾ ਸੈਟੇਲਾਈਟ ਦੇ ਥਰੂ ਇਹ ਕੱਟੇਗਾ, ਉਹਦੀ ਬਿਲਕੁਲ ਡਿਫਰੈਂਟ ਲੇਨ ਤਿਆਰ ਕੀਤੀ ਜਾਏਗੀ, ਯਾਨੀ ਕਿ ਡਿਫਰੈਂਟ ਲੇਨ ਤਿਆਰ ਕੀਤੀ ਜਾਏਗੀ ਜਿਹਦੇ ਵਿੱਚ ਉਹਨਾਂ ਨੂੰ ਹੋਰ ਵੀ ਸੁਵਿਧਾ ਜਿਹੜੀ ਦਿੱਤੀ ਜਾਏਗੀ। ਜੇਕਰ ਉਸ ਲੇਨ 'ਚ ਕੋਈ ਗਿਆ ਤਾਂ ਉਹਦਾ ਡਬਲ ਚਲਾਨ, ਯਾਨੀ ਕਿ ਡਬਲ ਜਿਹੜਾ ਟੈਕਸ ਹੈ ਉਹ ਦਿੱਤਾ ਜਾਏਗਾ। ਯਾਨੀ ਕਿ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਜਲਦ ਹੀ ਇਸ ਤਰ੍ਹਾਂ ਦੀ ਜਿਹੜੀ ਸਹੂਲੀਅਤ ਹੈ, ਇਸ ਤਰ੍ਹਾਂ ਦੀ ਸੁਵਿਧਾਵਾਂ ਨੇ ਉਹ ਪਰਿਵਹਨ ਮੰਤਰਾਲੇ ਵੱਲੋਂ ਲੋਕਾਂ ਨੂੰ ਦਿੱਤੀ ਜਾਣਗੀ, ਜਿਹਦੀ ਨੋਟੀਫਿਕੇਸ਼ਨ ਵੀ ਆ ਚੁੱਕੀ ਹੈ। ਔਰ ਨੋਟੀਫਿਕੇਸ਼ਨ 'ਚ ਕਈ ਪੁਆਇੰਟਸ ਜਿਹੜੇ ਹੈ ਉਹ ਦਿੱਤੇ ਗਏ ਨੇ ਕਿ ਕਿਸ ਤਰ੍ਹਾਂ ਦੀ ਚੀਜ਼ਾਂ, ਕਿਸ ਤਰ੍ਹਾਂ ਦੇ ਹੋਰ ਸੁਵਿਧਾਵਾਂ ਜਿਹੜੀਆਂ ਉਹ ਲੋਕਾਂ ਨੂੰ ਮਿਲਣ ਵਾਲੀ ਹੈ।